ਫਤਿਹਗੜ੍ਹ ਸਾਹਿਬ ਦੇ ਪਿੰਡ ਗੂਣੀਆਂ ਮਾਜਰਾ ਵਿਖੇ ਸੈਂਟਰ ਵਾਲਮੀਕਿ ਸਭਾ ਦੀ ਅਹਿਮ ਮੀਟਿੰਗ ਕੌਮੀ ਪ੍ਰਧਾਨ ਗਿਰਜਾ ਰਾਮ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਦੌਰਾਨ 7 ਅਕਤੂਬਰ ਨੂੰ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਪੁਰਾਣੀ ਸਰਹੰਦ ਮੰਡੀ ਵਿਖੇ ਧੂਮਧਾਮ ਨਾਲ ਮਨਾਏ ਜਾਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਵਰਕਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਮੂਲਿਤ ਕਰਕੇ ਮਹਾਰਿਸ਼ੀ ਵਾਲਮੀਕਿ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਪਵਿੱਤਰ ਪ੍ਰਗਟ ਦਿਹਾੜਾ 7 ਅਕਤੂਬਰ ਦਿਨ ਸ਼ਨੀਵਾਰ ਨੂੰ ਸਰਹੰਦ ਮੰਡੀ ਵਿਖੇ ਮਨਾਇਆ ਜਾ ਰਿਹਾ ਔਰ ਜਿਸ ਦੇ ਵਿੱਚ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਪੰਜਾਬ ਦੀ ਪਹੁੰਚ ਰਹੀ ਹੈ। ਅਸੀਂ ਸੰਦੇਸ਼ ਪੰਜਾਬ ਦੇ ਵਿੱਚ ਪੂਰੇ ਦੇਸ਼ ਵਾਸੀਆਂ ਨੂੰ ਦੇ ਰਹੇ ਹਾਂ ਕਿ ਹੁਣ ਤਾਂ ਜਾਗੋ, ਨਸ਼ੇ ਤਿਆਗੋ, ਪੈਸੇ ਬਚਾਓ, ਬੱਚੇ ਪੜ੍ਹਾਓ, ਕਰਮ ਬਦਲੋ, ਧਰਮ ਨਾ ਬਦਲੋ, ਵਿਆਹ ਸ਼ਾਦੀ ਘੱਟ ਖਰਚ ਕਰੋ, ਪਾਣੀ ਬਚਾਓ, ਰੁੱਖ ਲਗਾਓ, ਮਨੁੱਖ ਬਚਾਓ, ਧੀਆਂ ਨੂੰ ਭੁੱਖਾ ਚ ਨਾ ਮਾਰੋ, ਧੀ ਬਚਾਓ। ਪਿੰਡ ਗੁਣੀਆਂ ਮਾਜਰੇ ਵਿਖੇ ਸੈਂਟਰ ਵਾਲਮੀਕ ਸਭਾ ਦੀ ਜੋ ਮੀਟਿੰਗ ਰੱਖੀ ਹੈ ਉਸਦੇ ਸੰਬੰਧ ਵਿੱਚ ਹੈ ਕਿ 7 ਅਕਤੂਬਰ ਨੂੰ ਭਗਵਾਨ ਮਹਾਰਿਸ਼ੀ ਵਾਲਮੀਕ ਸਵਾਮੀ ਜੀ ਦਾ ਪ੍ਰਗਟ ਦਿਹਾੜਾ ਸਰਹੰਦ ਵਿਖੇ ਪੁਰਾਣੀ ਦਾਣਾ ਮਨਾਇਆ ਜਾ ਰਿਹਾ ਹੈ ਔਰ ਅਸੀਂ ਹਰ ਇੱਕ ਵਰਕਰ ਨੂੰ, ਹਰ ਇੱਕ ਮੈਂਬਰ ਨੂੰ ਅਪੀਲ ਕਰਦੇ ਹਾਂ ਕਿ ਹੁੰਮ ਹਮਾ ਕੇ ਇਸ ਸਮਾਗਮ ਵਿੱਚ ਪਹੁੰਚੋ ਅਤੇ ਭਗਵਾਨ ਮਹਾਰਿਸ਼ੀ ਵਾਲਮੀਕ ਸਵਾਮੀ ਜੀ ਦੀ For good health, please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news, please subscribe A1 News.